ਅੱਜ ਜਲੰਧਰ ਦੇ ਨਗਰ ਨਿਗਮ ਦਫ਼ਤਰ ਵਿੱਚ ਸਮਾਰਟ ਸਿਟੀ ਦੇ ਇੰਜੀਨੀਅਰ ਦੁਆਰਾ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਕੌਂਸਲਰਾਂ ਦੇ ਨਾਲ ਇਲਾਕੇ ਵਿੱਚ ਸੀਵਰ ਦੀ ਸਮੱਸਿਆ ਨੂੰ ਲੈ ਕੇ ਇੱਕ ਮੀਟਿੰਗ ਕੀਤੀ ਗਈ। ਇਸ ਮੌਕੇ ਤੇ ਬੋਲਦਿਆਂ ਮੇਅਰ ਜਲੰਧਰ ਜਗਦੀਸ਼ ਰਾਜ ਰਾਜਾ ਨੇ ਕਿਹਾ, ਅੱਜ ਜਿਹੜਾ ਸਮਾਰਟ ਸਿਟੀ ਦੀ ਮੀਟਿੰਗ ਸੀਗੀ, 10 ਵਾਰਡਾਂ ਦੀ ਮੀਟਿੰਗ ਲਈ ਗਈ ਸੀ, ਜਿਹਦੇ 'ਚ 8 ਕੌਂਸਲਰ ਹਾਜ਼ਰ ਹੋਏ ਸੀ। ਇਹ ਸਪੈਸ਼ਲੀ ਅੱਜ ਸੀਵਰੇਜ ਦੀ ਸਿਸਟਮ ਵਾਸਤੇ, ਜਿੱਥੇ ਜਿਸ ਏਰੀਆ ਸੀਵਰੇਜ ਦੀ ਸਮੱਸਿਆ, ਉਹਦੇ ਬਾਰੇ ਮੀਟਿੰਗ ਕੀਤੀ ਗਈ ਸੀ। ਉਹਦੇ ਕੋਲੋਂ ਸਮਾਰਟ ਸਿਟੀ ਦੇ ਜਿਹੜੇ ਇੰਜੀਨੀਅਰ ਹੈ, ਉਹਨਾਂ ਨੇ ਰਾਏ ਲਈ ਹੈ ਵੀ ਤੁਹਾਨੂੰ ਕਿੱਥੇ ਪ੍ਰੋਬਲਮ ਹੈ, ਹੁਣ ਡਿਸਕਸ ਕੀਤੀ ਹੈ। ਹੁਣ ਇਹਨਾਂ ਨੇ ਆਪਣੇ ਏਰੀਏ ਲਿਖ ਲਏ, ਜਿਹੜੇ ਕੌਂਸਲ ਪ੍ਰੋਬਲਮ ਹੈਗੀ ਹੈ ਏਰੀਆ ਨੂੰ ਲਿਖਾਤੇ ਆ। ਹੁਣ ਇਹਨਾਂ ਨੇ ਉਹਨਾਂ ਟਾਈ ਅਪ ਕਰਕੇ ਉਹਨਾਂ ਦੇ ਵਾਰਡ 'ਚ ਉਹਨਾਂ ਨਾਲ ਵਿਜਿਟ ਕਰਨਗੇ, ਅਤੇ ਇਹਦਾ ਐਸਟੀਮੇਟ ਬਣਾ ਕੇ ਜਿੱਥੇ ਵੀ ਸੀਵਰੇਜ ਪਾਈਪ ਦੀ ਜ਼ਰੂਰਤ ਹੈਗੀ ਆ, ਮੰਨ ਲਓ ਕਿਤੇ ਸੀਵਰੇਜ ਪਾਈਪ ਲਾਈਨ ਛੋਟੀ ਪਾਈ ਹੋਈ ਆ ਜਾਂ ਬਿਲਕੁਲ ਡੈਡ ਹੋ ਚੁੱਕੀ ਆ ਜਾਂ ਕਿਤੇ ਪਾਈ ਨਹੀਂ ਗਈ, ਉਹ ਸਾਰਾ ਮੈਂ ਨੋਟ ਕਰ ਲਿਆ। ਹੁਣ ਫਿਜੀਕਲੀ ਇਹ ਵਿਜਿਟ ਕਰਨਗੇ ਉੱਥੇ, ਵਿਜਿਟ ਕਰਨ ਤੋਂ ਬਾਅਦ ਇਹਦਾ ਐਸਟੀਮੇਟ ਬਣਾ ਕੇ ਗਵਰਨਮੈਂਟ ਤੋਂ ਅਪਰੂਵ ਕਰਾ ਕੇ ਇਹਨਾਂ ਨੇ ਕਿਹਾ ਵੀ ਅਸੀਂ ਇਹਨੂੰ ਦਸੰਬਰ ਤੱਕ, 15 ਅਕਤੂਬਰ ਤੱਕ ਅਸੀਂ ਡੀ ਪੀ ਆਰ ਤਿਆਰ ਕਰ ਲਾਂਗੇ, ਉਹ ਦਸੰਬਰ ਤੱਕ ਇਹ ਟੈਂਡਰ ਫਲੋਟ ਕਰ ਦੇਣਗੇ, ਅਤੇ ਇਹਦਾ ਕੰਮ ਮਤਲਬ ਫਰਵਰੀ ਮਾਰਚ ਤੱਕ ਹਰ ਹਾਲ 'ਚ ਸ਼ੁਰੂ ਹੋ ਜਾਏਗਾ।